ਮੋਗੇ ਦੇ ਸਤਲੁਜ ਦਰਿਆ ਉੱਤੇ ਡਿਪਟੀ ਕਮਿਸ਼ਨਰ ਅਤੇ MLA ਕਾਕਾ ਸੁਖਜੀਤ ਸਿੰਘ ਲੋਗੜ ਨੇ ਕੀਤਾ ਦੌਰਾ। ਦੋ ਦਿਨਾਂ ਵਿੱਚ NDRF ਟੀਮ ਨੇ 1000 ਕਰੀਬ ਰੈਸਕਿਊ ਕੀਤੇ ਪਿੰਡ ਵਾਸੀ। ਅੱਜ ਵੀ ਅਸੀਂ ਮੋਗਾ ਜ਼ਿਲ੍ਹੇ ਦੇ ਸਤਲੁਜ ਦੇ ਦਰਿਆ ਦੇ ਨਾਲ ਲੱਗਦੇ ਪਿੰਡਾਂ ਦਾ ਦੌਰਾ ਕੀਤਾ ਤਾਂ ਪਿੰਡਾਂ ਵਿੱਚ ਹੁਣ ਵੀ 12-14 ਫੁੱਟ ਪਾਣੀ ਖੜ੍ਹਾ ਹੈ ਅਤੇ ਕੁਝ ਲੋਕ ਹੁਣ ਵੀ ਆਪਣੇ ਘਰਾਂ ਦੀਆਂ ਛੱਤਾਂ ਉੱਤੇ ਰਹਿ ਰਹੇ ਹਨ। ਉੱਥੇ ਹੀ ਅੱਜ ਵੀ ਜ਼ਿਲ੍ਹਾ ਮੋਗਾ ਦੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਅਤੇ ਧਰਮਕੋਟ ਦੇ MLA ਕਾਕਾ ਸੁਖਜੀਤ ਸਿੰਘ ਲੋਗੜ ਨੇ ਕਿਸ਼ਤੀ ਦੁਆਰਾ ਅੰਦਰ ਜਾ ਕੇ ਪਿੰਡ ਦੀ ਸਥਿਤੀ ਦੇਖੀ। NDR ਦੀ ਟੀਮ ਨੇ 2 ਦਿਨਾਂ ਵਿੱਚ ਕਰੀਬ 1000 ਪਿੰਡ ਵਾਸੀਆਂ ਨੂੰ ਸੁਰੱਖਿਅਤ ਸਥਾਨਾਂ ਉੱਤੇ ਪਹੁੰਚਾਇਆ ਹੈ। ਪ੍ਰਸ਼ਾਸਨ ਦੇ ਵੱਲੋਂ ਬਹੁਤ ਹੀ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ, ਪਰ ਜੇਕਰ ਪਿੰਡ ਵਾਸੀਆਂ ਦੀ ਸੁਣੀਏ ਤਾਂ ਉਹਨਾਂ ਦੇ ਲਈ ਕੁਝ ਵੀ ਨਹੀਂ ਕੀਤਾ ਗਿਆ। ਪ੍ਰਸ਼ਾਸਨ ਅਤੇ NGO ਦੀ ਮਦਦ ਦੇ ਨਾਲ ਹਰ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਉੱਥੇ ਹੀ ਸਰਕਾਰ ਵੱਲੋਂ ਹੈਲੀਕਾਪਟਰ ਦੁਆਰਾ ਜੋ ਲੋਕ ਹੁਣ ਵੀ ਆਪਣੇ ਘਰਾਂ ਵਿੱਚ ਫਸੇ ਹਨ ਉਹਨਾਂ ਨੂੰ ਰਾਸ਼ਨ ਦੇ ਪੈਕਟ ਸੁੱਟੇ ਜਾ ਰਹੇ ਹਨ। ਡਾਕਟਰਾਂ ਦੀ ਟੀਮ ਵੀ ਲਗਾਤਾਰ ਉਹਨਾਂ ਦੇ ਕੋਲ ਜਾ ਰਹੀ ਹੈ। ਸਰਬਜੀਤ ਕੌਰ, ਹਾਲਾਤ ਇਸ ਟਾਈਮ ਤੁਸੀਂ ਆਪ ਵੇਖੀ ਜਾਂਦੇ ਜੇ, ਤੁਹਾਨੂੰ ਖੁਦ ਆਪ ਨੂੰ ਪਤਾ, ਤੁਸੀਂ ਮੌਜੂਦ ਜੇ ਇੱਥੇ, ਸਾਡੇ ਹਾਲਾਤ ਬਹੁਤ ਮਾੜੇ ਚੱਲ ਰਹੇ ਨੇ, ਤੁਸੀਂ ਆਪ ਹੀ ਵੇਖ ਲਓ। ਇੱਥੇ ਤੁਸੀਂ ਬੰਨ ਤੇ ਰਹਿ ਰਹੇ ਹੋ, ਕੀ ਕਰਨਾ ਹੈ? ਅਸੀਂ ਹੁਣ ਬੰਨ ਤੇ ਰਹਿ ਰਹੇ ਹਾਂ, ਜਿੰਨਾ ਚਿਰ ਸਾਡਾ ਨਾ ਕੋਈ ਅਸਕਰ ਤਾਂ ਸਾਨੂੰ ਘਰ ਨੂੰ ਜਾਣਾ ਹੀ ਪੈਣਾ ਹੈ। ਸਾਡੀ ਸਰਕਾਰ ਮਦਦ ਕਰੇ, ਸਾਡੇ ਜੋ ਵੀ ਕਮਰੇ ਕੋਠੇ ਡਿੱਗੇ ਨੇ ਸਾਨੂੰ ਪਾ ਕੇ ਦੇਣ, ਕੋਈ ਸਾਡੀ ਮਦਦ ਕਰਨ। ਪਾਣੀ ਤਾਂ ਅਸਕਰ ਐਵੇਂ ਰਹਿਣਾ ਨਹੀਂ, ਲੈ ਹੀ ਜਾ, ਕਦੀ ਤਾਂ ਲਵੇਗਾ ਹੀ ਪਾਣੀ, ਹੋਰ 4 ਦਿਨਾਂ ਨੂੰ 5 ਦਿਨਾਂ ਨੂੰ ਅਸੀਂ ਫਿਰ ਆਪਣੇ ਜਾ ਕੇ ਬਣਾਈਏ। ਤੁਸੀਂ ਧਿਆਨ ਰੱਖ, ਉਹਨਾਂ ਨੂੰ ਫੀਡ ਜੀ ਜਿਹੜਾ 3 ਕਿਲੋ 1 ਪਸ਼ੂ ਦੇ ਹਿਸਾਬ ਨਾਲ ਅਸੀਂ ਦੇ ਰਹੇ ਹਾਂ, ਅਤੇ ਜਿਹੜਾ ਇਹ ਫੀਡ ਆ ਕੱਲ੍ਹ ਤਾਂ ਮਤਲਬ ਕਿ ਪਕੌੜਿਆਂ ਵਾਲਾ ਜਿਹਨੂੰ ਆਪਾਂ ਕਹਿੰਦੇ ਹੈਗੇ ਹਾਂ, ਪੈਲਟ ਫੀਡ ਆ ਇਹ ਪਾਉਣਾ ਈਜ਼ੀ ਆ ਉਹਨਾਂ ਨੂੰ। ਉਹ ਜਿਹੜਾ ਵੀ ਇਹ 12 ਪਿੰਡਾਂ ਦੇ ਪਸ਼ੂ ਆ ਉਹਨਾਂ ਨੂੰ ਅਸੀਂ ਦੇ ਰਹੇ ਹਾਂ। ਕਿਸ ਤਰ੍ਹਾਂ ਦੀ ਸਹਾਇਤਾ ਮੁਹੱਈਆ ਕਰਾਈ ਜਾ ਰਹੀ ਹੈ ਹੋਰ ਤੁਹਾਡੇ? ਬਾਕੀ ਸਾਡੇ ਕੋਲ ਐਂਬੂਲੈਂਸ ਸਾਡੀ ਜਿਹੜੀ ਹੈਗੀ ਆ ਉਹ 24 ਘੰਟੇ ਜਿਹੜੀ ਬੰਨ ਦੇ ਉੱਤੇ ਜੇ ਕੋਈ ਪਸ਼ੂ ਬਿਮਾਰ ਆ ਤਾਂ ਉਹਦੇ ਲਈ ਉਹ ਸਹਾਇਤਾ ਉਹਨੂੰ ਦੇ ਰਹੇ ਹਾਂ ਅਸੀਂ, ਦਵਾਈਆਂ ਵਗੈਰਾ ਸਾਰਾ ਕੁਝ ਸਾਡੇ ਕੋਲ ਮੁਹੱਈਆ ਵਾ। ਹਾਲਾਤ ਸਰ ਬਹੁਤ ਮਾੜੇ ਨੇ, ਪਾਣੀ ਇੰਨਾ ਜ਼ਿਆਦਾ ਨਹੀਂ ਘਟਿਆ ਜੀ, ਪਾਣੀ ਜਿੰਨਾ ਵਹਾਅ ਸੀ ਪਾਣੀ ਦਾ ਜੀ, ਜਿਹੜਾ ਬੰਨ ਸੀਗਾ ਉਹ 3 ਕੁ ਫੁੱਟ ਰਹਿ ਗਿਆ ਸੀਗਾ ਜੀ ਉੱਤੋਂ ਵਹਾਅ ਵਗਣ ਦਾ ਜੀ, ਅਤੇ ਲੇਕਿਨ 4 ਕੁ ਫੁੱਟ ਸਿਰਫ ਘਟਿਆ ਜੀ ਪਾਣੀ, 3-4 ਫੁੱਟ। ਇੱਥੇ ਪਾਣੀ ਅੱਜ ਗੱਲ ਕਰੀਏ ਜੀ, ਇੱਥੇ ਪਾਣੀ 15-15 ਫੁੱਟ ਜੀ ਪਾਣੀ ਹਜੇ ਵੀ ਖੜ੍ਹਾ ਜੀ, ਵਗ ਰਿਹਾ ਪਾਣੀ ਫੁੱਟ, ਪਹਿਲਾਂ 19 ਫੁੱਟ ਵਗ ਰਿਹਾ ਸੀ, 4 ਕੁ ਫੁੱਟ ਥੱਲੇ ਡਾਊਨ ਹੋਇਆ, ਅਜੇ ਡਾਊਨ ਹੋ ਨਹੀਂ ਰਿਹਾ ਜੀ। ਅਤੇ ਇਹਨਾਂ ਦੇ ਹਾਲਾਤ ਬਹੁਤ ਮਾੜੇ ਆ ਜੀ, ਇਸ ਕਰਕੇ ਇਹਨਾਂ ਨੂੰ ਕੋਈ ਇਹੋ ਜਿਹਾ ਜੀ ਇੰਤਜ਼ਾਮ ਕੀਤਾ ਜਾਵੇ ਜਿਹਦੇ ਕਰਕੇ ਲੋਕ ਸੌਖੇ ਹੋ ਜਾਣ ਥੋੜ੍ਹੇ ਜੀ। ਸਥਿਤੀ ਦੇਖੋ ਜੀ, ਇਹ ਕੁਦਰਤੀ ਕਰੋਪੀ ਆ, ਇਹ ਜਿਹੜਾ ਹਰ ਸਾਲ ਹੀ ਪਿਛਲੇ ਸਾਲ ਵੀ ਇੱਥੇ ਨੁਕਸਾਨ ਬਹੁਤ ਹੋਇਆ, ਅਤੇ ਹੁਣ ਜਿਹੜਾ ਹੈਗਾ ਐਰਕੇਅਰ ਵੀ ਬਹੁਤ ਵੱਡਾ ਨੁਕਸਾਨ ਹੋਇਆ। ਪਰ ਜਿਹੜਾ ਸਾਡੇ ਡੀ ਸਾਹਿਬ ਬੈਠੇ ਆ, ਇਹਨਾਂ ਦੇ ਨਾਲ NDRDF ਦੀ ਟੀਮ ਅਤੇ ਸਾਰੇ ਹੀ ਸਾਰੇ SDO ਸਾਹਿਬ ਅਤੇ ਜਿੰਨੇ ਵੀ ਮੇਰੇ ਖਿਆਲ ਪ੍ਰਸ਼ਾਸਨ ਹੈਗਾ, ਇਹਨਾਂ ਨੇ ਬਹੁਤ ਤਕੜੇ ਹੋ ਕੇ ਕੰਮ ਕੀਤਾ, ਜਿਹਦੇ ਮੈਂ ਸ਼ਬਦ ਬਿਆਨ ਨਹੀਂ ਕਰ ਸਕਦਾ ਜਿੰਨਾ ਇਹਨਾਂ ਨੇ ਕੰਮ ਸਾਰੀ ਟੀਮ ਨੇ ਕੀਤਾ, ਥੱਲੇ ਤੋਂ ਲੈ ਕੇ ਛੋਟੇ ਮੁਲਾਜ਼ਮਾਂ ਤੱਕ। ਅਤੇ ਅੱਜ ਜਿਹੜਾ ਹੈਗਾ ਸਾਡੇ ਜਿਹੜੇ ਹੈਗੇ ਆ ਜਿੰਨੇ ਵੀ ਜਿਹੜੇ ਅੰਦਰ ਬੈਠੇ ਸੀ ਬੰਨ ਦੇ ਅੰਦਰ, ਜਿਹੜੇ ਸਮੇਂ 2 ਪਿੰਡ ਇੱਥੇ ਪੈਂਦੇ ਹੈਗੇ ਆ, ਕੋਡੀ ਵਾਲਾ ਪਿੰਡ ਪੈਂਦਾ, ਸੰਘੇੜਾ ਪੈਂਦਾ ਹੈਗਾ, ਇਹ ਸਾਰੇ ਜਿਹੜੇ ਆ ਸਾਰੇ ਇਹਨਾਂ ਨੇ ਸੁਰੱਖਿਅਤ ਜਿਹੜੇ ਹੈ ਕੱਢੇ ਗਏ। ਮੋਗੇ ਦੇ ਇੱਦਾਂ ਹੈ ਕਿ ਜਿਹੜੇ ਪਿੰਡ ਬੰਨ ਦੇ ਅੰਦਰ ਸੀ ਉੱਥੇ ਵੈਕੁਏਸ਼ਨ ਕਰਵਾ ਲਈ ਹੈਗੀ, ਅਤੇ ਬੰਦੇ ਵੀ ਪਸ਼ੂ ਵੀ ਜਿੱਥੇ ਕਿਤੇ ਕੋਈ ਰਹਿ ਗਿਆ ਪਿੱਛੇ, ਰਾਖੀ ਕਰਨ ਨੂੰ ਇੱਕਾ ਦੁੱਕਾ ਹੈ, ਆਪਣੀ ਮਰਜ਼ੀ ਨਾਲ ਉੱਥੇ ਰੁਕੇ ਹੋਏ ਨੇ। ਲੇਕਿਨ ਸਾਡੀ ਟੀਮ ਜਿਹੜੀ ਹੈਗੀ ਹੈ ਜ਼ਿਲ੍ਹਾ ਪ੍ਰਸ਼ਾਸਨ ਦੀ, ਸਬ ਡਿਵੀਜ਼ਨ ਦੀ, ਨਾਲ NDRF, ਅਤੇ ਲਗਾਤਾਰ ਰਾਖੀ ਕਰ ਰਹੇ ਨੇ, ਘੁੰਮ ਰਹੇ ਨੇ, ਅਤੇ ਲੰਗਰ ਵੀ ਅਸੀਂ ਪੂਰਾ ਵਰਤਾ ਰਹੇ ਹਾਂ। ਸਾਡੇ ਕੈਂਪ ਵੀ ਲੱਗੇ ਹੋਏ ਹੈਗੇ, ਉੱਥੇ ਡਾਕਟਰੀ ਸਹਾਇਤਾ ਵੀ ਹੈਗੀ, ਉੱਥੇ ਵੈਟਨਰੀ ਡਾਕਟਰ ਦੀ ਵੀ ਸਹਾਇਤਾ ਹੈਗੀ। ਸੋ
ਜਿਹੜੀ ਕੁਦਰਤ ਵੱਲੋਂ ਜੋ ਹੜ੍ਹ ਆਇਆ ਹੈ ਪਾਣੀ ਉਹਦੇ 'ਤੇ ਤਨੀ ਅਸੀਂ ਜੋ ਇੱਥੇ ਸਾਰਾ ਬੁਨਿਆਦੀ ਢਾਂਚਾ ਦੇ ਕੇ ਜਿੰਨਾ ਲੋਕਾਂ ਨੂੰ ਰਿਲੀਫ ਦੇ ਸਕਦੇ ਹੈਗੇ MLA ਸਾਹਿਬ ਨਾਲ ਨੇ, ਇਹਨਾਂ ਨੂੰ ਇਸ ਇਲਾਕੇ ਦੇ ਚੱਪੇ ਚੱਪੇ ਦਾ ਪਤਾ ਹੈਗਾ, ਅਸੀਂ ਇਹਨਾਂ ਦੇ ਤਜਰਬੇ ਨਾਲ ਅਤੇ ਹੋਰ ਲੋਕਾਂ ਦੇ ਕੋਆਪਰੇਸ਼ਨ ਨਾਲ ਸਥਿਤੀ ਨੂੰ ਕਾਬੂ 'ਚ ਕੀਤਾ।